ਤਾਂ ਦੱਸ ਦਈਏ ਕਿ ਰਸਤੇ 'ਚ ਬੈਠੇ ਨੌਜਵਾਨਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਤਾਂ ਪੁਲਿਸ ਵਾਲੇ ਨੇ ਨੌਜਵਾਨਾਂ 'ਤੇ ਨਸ਼ੇ ਕਰਨ ਦੇ ਇਲਜ਼ਾਮ ਲਗਾਏ ਸੀ, ਜਿਸ ਦੇ ਵਿੱਚ ਨੌਜਵਾਨਾਂ ਨੇ ਵੀ ਪੁਲਿਸ ਮੁਲਾਜ਼ਮ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ। ਤਾਂ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਧਿਰਾਂ ਦੇ ਵਿੱਚ ਤਕਰਾਰ ਹੋਈ ਹੈ। ਤਾਂ ਇੱਕ ਪਾਸੇ ਪੁਲਿਸ ਦਾ ਹੋਮਗਾਰਡ ਅਤੇ ਦੂਸਰੇ ਪਾਸੇ ਮੁਹੱਲੇ ਦੇ ਨੌਜਵਾਨ ਸੀ, ਜਿਸ ਸੰਬੰਧੀ ਹੋਮਗਾਰਡ ਦੇ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਰਸਤੇ ਦੇ ਵਿੱਚ ਬੈਠ ਕੇ ਨਸ਼ਾ ਕਰਦੇ ਨੇ। ਤਾਂ ਉਹਨਾਂ ਦੇ ਵੱਲੋਂ ਜਦ ਇਸ ਨੂੰ ਨਸ਼ਾ ਕਰਨ ਤੋਂ ਰੋਕਿਆ ਗਿਆ ਤਾਂ ਅੱਗੋਂ ਉਹਨਾਂ ਨੇ ਹੋਮਗਾਰਡ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਤਾਂ ਦੂਸਰੇ ਧਿਰ ਦੇ ਨੌਜਵਾਨਾਂ ਦੇ ਅਨੁਸਾਰ ਹੋਮਗਾਰਡ ਨਸ਼ੇ ਦੇ ਵਿੱਚ ਸੀ ਅਤੇ ਸਾਨੂੰ ਆ ਕੇ ਗਾਲਾਂ ਕੱਢਣ ਲੱਗ ਜਾਂਦਾ, ਜਿਸ ਤੋਂ ਬਾਅਦ ਉਸਨੇ ਇਹਨਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ। ਤਾਂ ਮੌਕੇ ਦੀ ਇਹ ਵੀਡੀਓ ਸਾਹਮਣੇ ਆਈ ਹੈ, ਜਿੱਥੇ ਦੋਨਾਂ ਧਿਰਾਂ ਦੇ ਵਿੱਚ ਤਕਰਾਰ ਹੋਈ ਹੈ। ਤਾਂ ਦੋਨਾਂ ਧਿਰਾਂ ਨੇ ਇੱਕ ਦੂਸਰੇ 'ਤੇ ਇਲਜ਼ਾਮ ਲਗਾਏ ਨੇ। ਤਾਂ ਮਾਮਲਾ ਹੁਣ ਪੁਲਿਸ ਦੇ ਕੋਲ ਪਹੁੰਚਿਆ, ਪੁਲਿਸ ਦੇ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਨੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੋ ਧਿਰਾਂ ਦੇ ਵਿੱਚ ਜੰਮ ਕੇ ਤਕਰਾਰ ਹੋਈ ਹੈ। ਤਾਂ ਕਈ ਲੋਕ ਇਸ ਦੇ ਵਿੱਚ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਤਾਂ ਪੁਲਿਸ ਦੇ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਸ਼ਿਵਮ ਜੀ, ਅਸੀਂ ਡਾਕਟਰ ਅੰਬੇਦਕਰ ਕਲੋਨੀ। ਰਾਤੀ ਅਸੀਂ ਮੇਰਾ ਭਰਾ ਸੀਗਾ ਜੀ, ਤਾਏ ਦਾ ਮੁੰਡਾ ਜੀ, ਅਸੀਂ ਬੈਠੇ ਸੀਗੇ ਜੀ। ਆ ਜਿਹੜਾ ਸਾਜਨ ਜੀ, ਇਹ ਆਇਆ ਜੀ, ਪੁਲਸੀਆ ਜੀ, ਇਹ ਪੁਲਿਸ ਵਾਲਾ ਵਾ ਜੀ, ਇਹਦੀ ਸ਼ਰਾਬ ਸ਼ੁਰੂ ਪੀਤੀ ਹੋਈ ਸੀਗੀ। ਇਹ ਆ ਕੇ ਨੇ ਜੀ, ਮੈਨੂੰ ਦਾਰੂ ਪੀਤੀ ਵਿੱਚ ਗਾਲਾਂ ਕੱਢਣ ਲੱਗਾ, ਗਲੀ ਗਲੋਚ ਨੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗਾ। ਮੈਂ ਜਦੋਂ ਕਿਹਾ ਜੀ ਕੀ ਹੋਇਆ ਜੀ, ਨੇ ਮੈਂ ਇਹਨੇ ਮੇਰੀ ਥੁੱਪੜ ਥੁੱਪੜ ਮਾਰਿਆ ਜੀ ਦੋ। ਫਿਰ ਮੈਂ ਕਿਹਾ ਇਹਨਾਂ ਨੂੰ ਮੈਂ ਵੀ ਬੋਲਿਆ। ਫਿਰ ਇਹਦੇ ਇਹਨੇ ਆਪਣਾ ਮੁੰਡਾ ਬੁਲਾ ਲਿਆ ਜੀ, ਇਹਦੇ ਮੁੰਡੇ ਨੇ ਵੀ ਮੇਰੇ ਮਾਰਿਆ ਜੀ, ਜਿਹੜੇ ਮੇਰੇ ਨਾਲ ਸੀਗੇ ਇਹਦਾ ਮੁੰਡਾ ਹੈਪੀ, ਠੀਕ ਹੈ ਜੀ। ਉਹਨੇ ਆ ਕੇ ਜੇਬ ਦੇ ਵਿੱਚੋਂ ਪਤਾ ਨਹੀਂ ਕੀ ਕੱਢਿਆ, ਮੇਰੇ ਸਿਰ 'ਤੇ ਉਰੇ ਮਾਰਿਆ ਜੀ। ਆਹ ਦੇਖੋ ਜੀ, ਮੇਰੇ ਉਰੇ ਨੀਲ ਵੀ ਪਾਇਆ ਹੋਇਆ ਇਹਨੇ। ਤਾਂ ਮੇਰੇ ਜਿਹੜੇ ਨਾਲ ਖੜੇ ਸੀਗੇ ਮੁੰਡੇ, ਉਹਨਾਂ ਨੇ ਛੁੜਾਇਆ, ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਹੀ ਮਾਰ ਦੇਣਾ ਸੀਗਾ ਜੀ। ਉਹਨਾਂ ਨੇ ਜਦੋਂ ਛੁੜਾਇਆ, ਉਹਨੇ ਹੀ ਉਹਦੇ ਮੇਰੇ ਨਾਲ ਦੇ ਵੀ ਉਰੇ ਆ ਠੋਡੀ ਦੇ ਕੋਲ ਜੀ, ਉਹ ਮਾਰਤੀ, ਪਤਾ ਨਹੀਂ ਕੋਈ ਕੀ ਸੀਗਾ, ਕਟਰ ਕੁਟਰ। ਹਾਂਜੀ ਹਾਂਜੀ, ਇਹਨਾਂ ਇੱਦਾਂ ਹੀ ਆਈ, ਜਿਹੜਾ ਸਾਜਨ ਆਈ ਇਹ ਵਰਦੀ ਦੇ ਤੋਫ 'ਤੇ ਹੀ ਲੋਕਾਂ ਕੋਈ ਪੈਸੇ ਪੂਏ ਠੱਗਦਾ ਵਾ ਜੀ। ਪਹਿਲਾਂ ਵੀ ਇਹਦੇ ਬਿਹਾਰੀ ਝੁੱਗੀ ਇੰਨੇ, ਮਤਲਬ ਕਿ ਇਹਦੀ ਵੀਡੀਓ ਵਾਡੀਓ ਬਣੀ ਸੀਗੀ, ਉਹ ਵੀਡੀਓ ਵੀ ਸ਼ਾਇਦ ਸਾਡੇ ਕੋਲ ਹੋਵੇ, ਤੁਹਾਨੂੰ ਦਿਖਾਵਾਂਗੇ ਜੀ ਜ਼ਰੂਰ। ਹਾਂਜੀ, ਇਹਦੇ ਕੁੱਟ ਪਈ ਜੀ ਉੱਥੇ ਜੀ। ਮੈਂ ਤਾਂ ਮੇਰੀ ਮੰਮੀ, ਮੇਰੇ ਪਾਪਾ ਮੇਰੇ ਐਕਸਪਾਇਰ ਹੋ ਗਏ ਸੀਗੇ 4-5 ਮਹੀਨੇ ਪਹਿਲਾਂ ਹੀ। ਹਾਂਜੀ, ਤਾਂ ਮੈਂ ਹੀ ਹੁਣ ਇਕੱਲਾ ਵਾਂ, ਜਿਹੜਾ ਆਪਣੇ ਘਰ ਦਾ ਸਰਕਲ ਦੇਖਦਾ ਵਾਂ, ਮਾੜਾ ਮੋਟਾ ਕੰਮ ਦਿਹਾੜੀ ਕਰਦਾ ਵਾਂ, ਰੋਜ਼ ਦਾ ਜੀ 400-500 ਰੁਪਏ ਲਿਆਉਂਦਾ ਵਾਂ। ਮੈਨੇ ਧੱਕਾ ਕੀਤਾ ਜੀ, ਕੰਪਲੇਂਟ ਅਸੀਂ ਕਰਾਈ ਜੀ, ਰਾਤੀ ਅਸੀਂ ਕਰਾ ਕੇ ਆਏ ਹਾਂ, ਸਾਰਾ ਬਿਆਨ ਦੇ ਕੇ ਆਏ, ਸੁਣਵਾਈ ਹੈ, ਹਜੇ ਤੱਕ ਤਾਂ ਕੋਈ ਵੀ ਨਹੀਂ ਹੋਈ ਜੀ। ਇਹ ਆਪਣੀ ਵਰਦੀ ਦਾ ਧੋਸ ਦਿਖਾਉਂਦਾ ਜੀ, ਸ਼ਰਾਬ ਪੀਤੀ ਦੇ ਵਿੱਚ ਆਉਂਦਾ, ਪਹਿਲੀ ਗੱਲ ਤਾਂ ਜੀ ਇਹ ਤੱਕ ਧੱਕਾ ਕਰਦਾ ਜੀ ਸਭ ਨਾਲ ਜੀ। ਮਨਜੀਤ ਉਹ ਸਬਜ਼ੀ ਲੈ ਕੇ ਆ ਰਹੇ ਸੀਗੇ ਅਤੇ ਉਹਨਾਂ ਨੇ ਮੁੰਡੇ ਬੈਠੇ ਸਿਗਟਾਂ ਸੁਗਟਾਂ ਉਹ ਭਰੀਆਂ ਪੀ ਰਹੇ ਸੀ ਜੀ ਪੌੜੀਆਂ ਦੇ ਨੀਚੇ, ਅਤੇ ਉਹਨਾਂ ਨੇ ਰੋਕਿਆ ਵੀ ਇੱਥੇ ਰਸਤਾ ਲੰਘਣ ਦਾ ਵਾ। ਮੇਰੇ ਜੇਠ ਆ ਪੁਲਿਸ 'ਚ ਆ, ਹਾਂਜੀ, ਉਹ ਆ ਰਹੇ ਸੀਗੇ, ਕਹਿੰਦੇ ਕਿ ਇੱਥੇ ਤੁਸੀਂ ਰਸਤਾ ਵੋਟੀਆਂ ਵਾ, ਕੁੜੀਆਂ ਲੰਘਦੀਆਂ ਵੜਦੀਆਂ ਵਾ, ਕਿ ਤੁਸੀਂ ਇੱਥੇ ਨਾ ਬੈਠ ਕੇ ਪੀਓ ਕਰੋ ਵੀ ਸਾਈਡ 'ਤੇ ਪੀਓ। ਉਹਨਾਂ ਨੇ ਗਾਲੀ ਗਲੋਚ ਕੀਤਾ, ਉਹਨਾਂ ਨੂੰ ਬੋਲਣ ਲੱਗ ਕੇ ਹੱਥ ਪਾਈ ਹੋ ਗਏ। ਉਹ ਸਿਆਣਾ ਵਿਆਣਾ ਵਾ ਅਤੇ ਉਹ ਛੋਟਾ ਜਵਾਕ ਆ 17 ਸਾਲ ਦਾ ਹੈਗਾ ਬੱਚਾ, ਜਿਹਨੇ ਹੱਥ ਪਾਇਆ ਉਹਨੂੰ ਪੁਲਿਸ ਦਾ ਉਹ ਹੈਗਾ ਮੁਲਾਜ਼ਮ ਆ। ਉਹਨਾਂ ਨੇ 5-10 ਜਣੇ ਨੇ ਤਾਂ ਫਿਰ ਖਿੱਚ ਕੇ ਲੈ ਗਏ ਉਹਨਾਂ ਨੂੰ ਇੱਥੇ ਥੱਲੇ ਨੀਚੇ ਲੜੇ, ਬਹੁਤ ਖਿੱਚਾ ਖੁਚਾਈ ਕੀਤੀ ਉਹਨਾਂ ਨੇ। ਫਿਰ ਅਸੀਂ ਛਡਾਉਣ ਗਏ ਤਾਂ ਸਾਡੇ ਵੀ ਉਹਨਾਂ ਨੇ ਮਾਰਿਆ।
ਪਤਾ ਨਹੀਂ ਕੜਾ ਮਾਰਿਆ ਕਿ ਇੱਟ ਮਾਰੀ ਆ, ਥਾੜ ਕਰਕੇ ਇੱਥੇ ਆ ਕੇ ਲੱਗੀ ਆ, ਪਤਾ ਹੀ ਨਹੀਂ ਲੱਗਿਆ। ਮੈਂ ਤਾਂ ਬੇਹੋਸ਼ ਹੋ ਕੇ ਗਿਰ ਗਈ ਸੀ, ਫਿਰ ਮੇਰਾ ਮੁੰਡਾ ਆਇਆ ਅਤੇ ਉਹ ਆ ਕੇ ਮੈਨੂੰ ਹੋਸਪਿਟਲ ਲੈ ਕੇ ਗਏ ਸਾਨੂੰ। ਹਾਂਜੀ ਕਰਾਈ ਹੋਈ ਆ, ਪਤਾ ਨਹੀਂ ਹਜੇ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ। ਹਾਂਜੀ ਇਨਸਾਫ ਹੀ ਆ, ਬੱਚੇ ਆ, ਕੱਲ੍ਹ ਨੂੰ ਬੱਚਿਆਂ ਨੂੰ ਸਾਡਿਆਂ ਨੂੰ ਘੇਰ ਘਰ ਕੇ ਕੋਈ ਮਾਰਨ ਕੁੱਟਣਗੇ ਫਾਇਦਾ ਵਾ ਕੋਈ? ਇਹ ਤਾਂ ਨੁਕਸਾਨ ਹੀ ਆ। ਅਸੀਂ ਤਾਂ ਆਪ ਗਰੀਬ ਬੰਦੇ ਹਾਂ, ਕਮਾ ਕੇ ਖਾਂਦੇ ਹਾਂ। ਉਹ ਕਰਦਾ ਉਹ ਹੋਸਪਿਟਲ ਗਏ ਆ ਸਕੈਨ ਵਗੈਰਾ ਕਰਾਉਣ। ਹਾਂਜੀ ਮੇਰੇ ਵੀ ਕਹਿ ਰਹੇ ਸੀ, ਮੇਰੇ ਕੋਲ ਨਹੀਂ ਉੱਠਿਆ ਗਿਆ। ਮੈਂ ਮੁੰਡੇ ਨੂੰ ਕਿਹਾ ਵੀ ਠਹਿਰ ਕੇ ਜਿਹੜੇ ਚੱਲਦੇ ਹਾਂ, ਦਵਾਈ ਦਵੂਈ ਖਾ ਕੇ ਪੇਨ ਕਰੀ ਲੈ, ਫਿਰ ਖਾ ਕੇ ਜਾਂਦੇ ਹਾਂ। ਨਿੱਕੀ ਨਾਮ ਆ ਸਰ। ਕੀ ਹੋਇਆ ਜੀ ਬੇਟੇ ਨੂੰ? ਸਰ ਜੀ ਮੇਰੇ ਬੇਟੇ ਨੂੰ ਨਜਾਇਜ਼ ਮਾਰਿਆ ਉਹਨਾਂ ਨੇ ਸਰ ਜੀ। ਜਦੋਂ ਨਜਾਇਜ਼ ਮਾਰਿਆ ਅਤੇ ਮੁਹੱਲੇ ਵਾਲੇ ਬੱਚੇ ਜਦੋਂ ਛੁੜਾਉਣਗੇ ਉਹਨਾਂ ਦੇ ਹੀ ਮਾਰਿਆ। ਚਾਕੂ ਸੀ ਪਤਾ ਨਹੀਂ ਕੀ ਸੀ ਉਹਨਾਂ ਕੋਲ, ਜੇ ਮੁਹੱਲੇ ਵਾਲੇ ਨਾ ਛੁੜਾਉਂਦੇ ਤਾਂ ਮੇਰੇ ਮੁੰਡੇ ਨੇ ਜਾਨੋਂ ਹੀ ਮਾਰ ਦੇਣਾ ਸਰ ਇਹਨਾਂ ਨੇ। ਠੀਕ ਆ ਸਰ, ਮੈਂ ਵਿਧਵਾ ਜਨਾਨੀ ਹਾਂ, ਮੇਰਾ ਬੰਦਾ ਹੈ ਨਹੀਂ ਸਿਰ 'ਤੇ, ਮੈਂ ਅਤੇ ਮੇਰਾ ਬੇਟਾ ਹੈਗਾ ਸਰ। ਮੈਨੂੰ ਬਹੁਤ ਨਜਾਇਜ਼ ਤੰਗ ਕਰਦੇ ਹੈਗੇ ਸਰ ਉਹ। ਹਾਂਜੀ ਸਰ, ਜਦੋਂ ਮੈਂ ਲੰਘਦੀ ਪੜਦੀ ਉਦੋਂ ਮੈਨੂੰ ਤੰਗ ਕਰਦਾ ਹੈਗਾ ਵਾ। ਠੀਕ ਆ ਸਰ, ਤੁਸੀਂ ਉਹਨਾਂ ਨੂੰ ਸਮਝਾ ਦਿਓ ਸਰ, ਸਾਨੂੰ ਨਜਾਇਜ਼ ਤੰਗ ਨਾ ਕਰੇ। ਮੇਰਾ ਬੇਟਾ ਇਕੱਲਾ ਇਕੱਲਾ ਹੈਗਾ, ਮੈਂ ਤਾਂ ਮੇਰਾ ਬੇਟਾ ਹੈਗਾ, ਮੇਰੇ ਬੇਟੇ ਜੀ 18 ਸਾਲਾਂ ਦਾ ਹੈਗਾ ਮੇਰਾ ਮੁੰਡਾ ਸਹੀ ਇੱਥੇ। ਹਾਂਜੀ ਸਰ, ਮੈਂ ਕੋਠੀਆਂ ਦਾ ਕੰਮ ਕਰਦੀ ਸਰ।